तो है। मलोट के बस स्टैंड के नेड़े गुरु रामदास अस्पताल उस समय हंगामा हो गया जदों अस्पताल के मालिक डॉक्टर सुखवंत सिंह उप्पल के पुत्र के सहुरे पक्ष ने अस्पताल दाखिल होकर डॉक्टर उप्पल के पुत्र डॉक्टर गुरबख्श सिंह नाल कुछ मार की। जख्मी डॉक्टर पिता पुत्र नूं अस्पताल दाखिल करवाया गया। अस्पताल दाखिल डॉक्टर ने दसिया कि उन्होंने पत्नी के नाल झगड़ा चल रहा है, केस भी चल रहा है। उन्होंने प्रशासन तो दोषियों से कार्रवाई की मांग की है। उत्थे ही जांच अधिकारी ने दोषियों खिलाफ बनती कार्रवाई करने की गल आखी है। तो तुहानू दस दिए कि मलोट का यह मामला है। मलोट के बस स्टैंड के नेड़े गुरु रामदास अस्पताल उस समय हंगामा हो गया जो अस्पताल के मालिक डॉक्टर सुखवंत सिंह उप्पल के पुत्र के सहुरे पक्ष ने अस्पताल दाखिल होकर डॉक्टर उप्पल के पुत्र डॉक्टर गुरबख्श सिंह नाल कुछ मार की। तस्वीर देखा जा सकता है। मेरा वाइफ नाल डिस्प्यूट चल रहा जिहदा केस आलरेडी कोर्ट ते कचहरी चल रहा, पर अज अचानक उन्होंने वम वाला होर के मेरे साला जसकीरत सिंह एक नाल सुखी मेरी वाइफ रुपिंदर कौर ਅਤੇ ਇੱਕ ਉਹਦਾ ਫੁੱਫੜ ਬ੍ਰਿਜ ਸਿੰਘ ਰਾਠੀ ਤੋਂ ਅਤੇ ਹੋਰ 10 ਅਣਪਛਾਤੇ ਬੰਦਿਆਂ ਨੇ ਲਿਆ ਕੇ ਮੇਰੀ ਓਪੜੀ ਵਿੱਚ ਮੇਰੇ ਨਾਲ ਹਮਲਾ ਕੀਤਾ, ਮੈਨੂੰ ਮਾਰ ਕੁੱਟ ਕਰੀ, ਮੇਰੇ ਨਾਲ ਮੈਨੂੰ ਸੱਟਾਂ ਲਾਈਆਂ ਨੇ ਅਤੇ ਆਪ ਉਹ ਸਾਰਾ ਕੁਝ ਕਰਕੇ ਨਾਲੇ ਉਹ ਸਾਨੂੰ ਧਮਕੀਆਂ ਮਾਰਨ ਦੀਆਂ ਦੇ ਕੇ ਗਏ ਆ, ਜ਼ਬਰਦਸਤੀ ਘਰ ਦੇ ਵਿੱਚ ਜਿਹੜਾ ਹੈਗਾ ਐਂਟਰ ਕਰਵਾਇਆ, ਉਹ ਧੱਕੇ ਮਾਰ ਕੇ ਸਾਨੂੰ ਕੁੱਟ ਮਾਰ ਕੁੱਟ ਕਰਕੇ ਉਹਨੂੰ ਅੰਦਰ ਉੱਥੇ ਰੂਮ 'ਚ ਬਿਠਾ ਕੇ ਧੱਕੇ ਨਾਲ ਅੰਦਰ ਵਾੜਿਆ, ਉਹ ਅੰਦਰ ਹੁਣ ਬੈਠੇ ਨੇ। ਮੇਰੇ ਮਾਤਾ ਜੀ ਆ ਜੋ ਕਿ ਸੈਕਿੰਡ ਫਲੋਰ ਦੇ ਉੱਪਰ ਨੇ ਉੱਪਰ ਉਹ ਆਪਦੇ ਆਪ ਨੂੰ ਲੌਕ ਕਰਕੇ ਬੈਠੇ, ਉਹਨਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕਰੀ ਇਹਨਾਂ ਨੇ ਉੱਪਰ ਚੜ੍ਹ ਕੇ, ਉਹਨਾਂ ਦਾ ਕੋਈ ਨੁਕਸਾਨ ਨਾ ਕਰੇ ਇਸ ਕਰਕੇ ਉਹਨਾਂ ਨੇ ਆਪਦੇ ਆਪ ਨੂੰ ਲੌਕ ਕਰਿਆ ਹੋਇਆ। ਮੇਰਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ, ਮੇਰੀ ਫੈਮਿਲੀ ਦਾ ਹੁੰਦਾ, ਤਕਰੀਬਨ ਜੋ ਮੈਂ ਬੰਦੇ ਕਹਿ ਰਿਹਾ ਸਾਰੇ ਜ਼ਿੰਮੇਵਾਰ ਹੋਣਗੇ ਇਸ 'ਚ। ਸਾਡੀ ਸਰਕਾਰ ਦਰਬਾਰੇ ਪੁੱਛਗਰ ਕੀਤੀ ਜਾਵੇ, ਜੋ ਵੀ ਮਿਲਦਾ ਇਹਨਾਂ 'ਤੇ ਕਾਰਵਾਈ ਕਰੀ ਜਾਵੇ। ਇੱਕ ਕ੍ਰੋਸ FIR ਰਜਿਸਟਰਡ ਹੋ ਚੁੱਕੀ ਹੈ ਅਤੇ ਅੱਜ ਵੀ ਇਹਨਾਂ ਦਾ ਜਿਹੜਾ ਡਿਸਪਿਊਟ ਸਾਡੇ ਸਾਹਮਣੇ ਆਇਆ ਅਤੇ ਜਿਹੜਾ ਕਿ ਇਹਨਾਂ ਦਾ ਝਗੜਾ ਹੋਇਆ ਉੱਥੇ ਹੋਸਪਿਟਲ ਦੇ ਵਿੱਚ ਹੀ, ਅਤੇ ਉੱਥੇ ਜਿਹੜੇ ਕੈਮਰੇ ਲੱਗੇ ਹੋਏ ਹੈ ਉਹਨਾਂ CCTV ਕੈਮਰਿਆਂ ਦੀ ਫੁਟੇਜ ਨੂੰ ਦੇਖ ਕੇ ਜੋ